ਬਿਸਮਿਲਲਾਹ ਰਹਿਮਾਨ ਰਹੀਮ ਇਯਾਕ ਨਅਬਦੂ ਵਇਯਾਕ ਨਸਤਾਈਨ। ਅਸਲਾਮ ਅਲੈਕੁਮ ਦੋਸਤੋ, ਤੁਸੀਂ ਵੇਖਦੇ ਪਏ ਹੋ ਬਾਊ ਵਿਰਕ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਬਾਊ ਵਿਰਕ। ਹਰ ਰੋਜ਼ ਦੀ ਤਰ੍ਹਾਂ ਜਨਾਬ ਅੱਜ ਇੱਕ ਫਿਰ ਨਈ ਵੀਡੀਓ ਦੇ ਨਾਲ ਹਾਜ਼ਰ ਹੋਏ ਆ। ਵੀਡੀਓ ਸਾਡੀ ਨੂੰ ਐਂਡ ਤੱਕਰਾਂ ਦੇਖੋਗੇ ਤਾਂ ਤੁਹਾਨੂੰ ਇਨਸ਼ਾਅੱਲਾ ਜਾਨਵਰ ਸਵਾਰ ਕੇ ਸਮਝ ਆਵਣਗੇ। ਐਡੀ ਲੰਮੀ ਚੌੜੀ ਵੀਡੀਓ ਨਹੀਂ ਬਣਾਉਂਦੇ ਸੀ। ਸਭ ਤੋਂ ਪਹਿਲੇ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ, ਨਾਲ ਹੀ ਲੱਗੇ ਬੈਲ ਦੇ ਬਟਨ ਨੂੰ ਦਬਾਉਣਾ ਨਹੀਂ ਭੁੱਲਣਾ, ਤਾਂ ਕਿ ਹਰ ਇੱਕ ਨਈ ਤੋਂ ਨਈ ਵੀਡੀਓ ਦਾ ਨੋਟੀਫਿਕੇਸ਼ਨ ਬਆਸਾਨੀ ਤੁਹਾਡੇ ਭਰਾਵਾਂ ਤੱਕ ਪਹੁੰਚਦਾ ਰਹੇ। ਮੇਰਾ ਕੈਮਰਾਮੈਨ ਤੁਹਾਨੂੰ ਕਰਾਉਣ ਦਾ ਤਸੱਲੀਆਂ, ਵਿਖਾਉਣ ਵੱਲੋਂ ਕਮੀ ਨਹੀਂ ਛੱਡਦੇ ਆ। ਪਹਿਲੇ ਨੈਡ ਹੈ ਊਂ ਜੋ ਚਾਰ ਦੰਦ ਗੱਭਣ ਹੈ, ਸੂਨ ਦੇ ਦਿਨ ਰੰਗੀ ਹੈ, ਪੰਜ ਲੈ ਜਾਵੇ, ਸੱਤ ਲੈ ਜਾਵੇ, ਦਸ ਲੈ ਜਾਵੇ, ਕੀ ਪਤਾ ਨਹੀਂ, ਇਹ ਅੱਲਾਂ ਨੂੰ ਪਤਾ ਹੈ। ਉਹ ਪੰਜ ਸੱਤ ਦਿਨ ਅੰਦਾਜ਼ੇ ਨਾਲ ਲੈਂਦੀ ਹੈ। ਬੈਡ ਦਾ ਕੱਦ ਬੜਾ ਜਨਾਬ, ਕੈਮਰੇ ਦਾ ਕਰਕੇ ਥੋੜ੍ਹਾ ਜਿਹਾ ਬੈਡ ਕਰਦੀ ਪਈ ਹੈ। ਫੋਨ ਵੱਲੋਂ ਜਨਾਬ ਕਸਰ ਨਹੀਂ ਛੱਡਦੇ ਹਾਂ, ਤਸੱਲੀਆਂ ਕਰ ਲੈਣੀਆਂ, ਤੁਹਾਨੂੰ ਫਿਰ ਚੈੱਕ ਕਰ ਲੈਣਾ, ਪ੍ਰਿੰਟ ਚੈੱਕ ਕਰਨਾ, ਸਿਰੋਂ ਕੋਨੀਆਂ ਜੈਨੂਇਨ ਕੋਨੀਆਂ, ਇਹ ਨਹੀਂ ਵੀ ਤਾਜ਼ਾ ਕੋਨੀਆਂ ਕੀਤੀਆਂ ਹੋਈਆਂ ਹੋਣਗੀਆਂ, ਜੈਨੂਇਨ ਕੋਨੀਆਂ, ਮੁੱਠ ਮੁੱਠ ਦੇ ਥਾਨ, ਰੰਗ ਚੰਗੇ, ਨਸਲਾਂ ਚੰਗੀਆਂ, ਵਿਖਾਉਣ ਵੱਲੋਂ ਕਮੀ ਨਹੀਂ ਛੱਡਣੇ ਆ। ਕੈਮਰਾਮੈਨ ਸਾਹਿਬ ਦੂਸਰੀ ਦਿਖਾਇਆ ਜੇ, ਪਹਿਲੇ ਬੈਡ ਮੂੰਹ 'ਚ ਦੋ ਦੰਦ, ਤਾਜ਼ਾ ਸੂਈ, ਪਿੱਛੇ ਬੱਚਾ, 16 ਕਿਲੋ ਦੁੱਧ, ਤਾਜ਼ਾ ਸੂਈ ਦੂਸਰੇ ਦਿਨ ਦੀ। ਇਹ ਬੱਚਾ ਵੇਖਣਾ ਜਨਾਬ, ਥੱਲੇ ਖੜਾ ਬੱਚਾ, ਪਹਿਲਾਂ ਗਾਂ ਦੇਖ ਲਓ, ਫਿਰ ਤੁਹਾਨੂੰ ਬੱਚਾ ਵਿਖਾਉਣਾ ਜਨਾਬ, ਜਾਣਦੇ ਹਾਂ ਤੁਹਾਨੂੰ ਕਰਾਉਣੇ ਤਸੱਲੀਆਂ। ਤੁਹਾਨੂੰ ਫਿਰ ਚੈੱਕ ਕਰਨਾ, ਕੱਦ ਬੈਡ ਦਾ ਚੈੱਕ ਕਰਨਾ, ਬੈਡਾ ਮਾਸ਼ਾਅੱਲਾ ਬੰਦੇ ਦੇ ਸਿਰ ਸਿਰਦੀਆਂ, 6 ਪੌਣੇ 6 ਫੁੱਟ, 6 ਫੁੱਟ ਪੌਣੇ 6 ਫੁੱਟ ਕੱਦ ਬੈਡਾ, ਅੱਲਾ ਦੇ ਹੁਕਮ ਨਾਲ ਲੰਮੀਆਂ ਬਹੁਤ, ਕੱਦ ਬਹੁਤ, ਸਿਰੋਂ ਧੋਨੀਆਂ, ਇੱਕ ਸੂਈ ਹੈ, ਦੂਜੀ ਸੂਣ ਵਾਲੀ ਹੈ। ਬੱਚਾ ਵੇਖਣਾ ਜਨਾਬ, ਬੱਚੇ ਦੇ ਥੱਲੇ ਨਾੜੂਆ ਵੇਖਣਾ, ਮਤਲਬ ਇਹ ਨਹੀਂ ਵੀ ਐਵੇਂ ਗੱਲੀ ਬਾਤੀ ਕਹਿੰਦੇ 2 ਦਿਨਾਂ ਦੀ ਸੂਈ ਹੈ, 2 ਦਿਨਾਂ ਦੀ ਸੂਈ ਹੈ, ਨਾੜੂਆ ਥੱਲੇ ਖੜਾ, ਮੁੱਠ ਮੁੱਠ ਦਾ ਥਾਨ ਹੈ, 16 ਕਿਲੋ ਦੁੱਧ ਚੁਆ ਕੇ ਦੇਵਾਂਗੇ ਤਸੱਲੀਆਂ ਵਾਲਾ, ਦੂਸਰੇ ਦਿਨ ਬੋਲੇ ਦੇ ਵਿੱਚ ਬੈਡ ਅੱਲਾ ਦੇ ਕੋਲ, ਜਿਵੇਂ ਕੋਈ ਭਰਾ ਮੇਰਾ ਸੰਭਾਲੇਗਾ, ਦੁੱਧ ਇਨਸ਼ਾਅੱਲਾ ਬੈਡ 20+ ਕਰੇਗੀ। ਨਸਲ ਰਾਤ ਬਹੁਤ ਆ, ਜਿੰਨੀ ਹੁਣ ਗਰਮੀ ਪੈਂਦੀ ਪਈ, ਇੰਨੀ ਗਰਮੀ, ਇੰਨੇ ਟੈਂਪਰੇਚਰ ਦੇ ਵਿੱਚ ਗਾਵਾਂ ਸਾਡੀਆਂ, ਅੱਲਾ ਦੇ ਹੁਕਮ ਧੁੱਪੇ ਬਣ ਦਿਓ, ਗਰਮੀ ਨਹੀਂ ਮਨਾਉਣਗੇ ਇਨਸ਼ਾਅੱਲਾ। ਅਗਰ ਕੋਈ ਭਾਈ ਸਾਡਾ ਲੈਣਾ ਚਾਹੁੰਦਾ, ਕਿਸੇ ਨੂੰ ਵੀਡੀਓ ਸਾਡੀ ਪਸੰਦ ਆਉਂਦੀ, ਸਾਡਾ ਰਾਬਤਾ ਨੰਬਰ ਆ 0347-7094-6094, ਇਹੀ ਸਾਡਾ ਰਾਬਤਾ ਨੰਬਰ ਆ, ਇਹੀ ਸਾਡਾ ਵਟਸਐਪ ਨੰਬਰ, ਸਾਡੀ ਲੋਕੇਸ਼ਨ ਆ ਤਹਿਸੀਲੋ ਜ਼ਿਲ੍ਹਾ ਪਾਕਪਤਨ, ਚੈੱਕ ਨੰਬਰ 33 SP। ਗਾਵਾਂ ਦੇ ਜਨਾਬ ਜਿਹੜੀ ਕੀਮਤਾਂ ਇਹ ਭਾਈ ਕਹਿੰਦੇ ਇਸਰਾਰ ਕਰਦੇ ਵੀ ਕੀਮਤਾਂ ਲਾਜ਼ਮੀ ਦੱਸਿਆ ਕਰੋ, ਅਤੇ ਅਸੀਂ ਕਿਹਾ ਚਲੋ ਕੋਈ ਅਰਜ਼ ਨਹੀਂ, ਕੀਮਤਾਂ ਤਾਂ ਨਹੀਂ ਦੱਸਦੇ ਸੀ ਵੀ ਆਪਦੀਆਂ ਗਾਵਾਂ ਕੋਈ ਭਾਈ ਕਾਲ ਕਰ ਲਏਗਾ, ਚਲੋ ਇੱਕ ਨਹੀਂ ਤਾਂ ਦੂਸਰੀ 2 ਨਹੀਂ, ਸਾਡੇ ਕੋਲ ਗਾਵਾਂ ਮਾਸ਼ਾਅੱਲਾ ਕੋਈ 15-20 ਖੜੀਆਂ ਹੁੰਦੀਆਂ, ਇਸ ਟਾਈਮ ਵੀ ਖੜੀਆਂ, ਕੋਈ ਭਾਈ ਰਾਬਤਾ ਕਰੇ, ਵਟਸਐਪ ਨੰਬਰ 'ਤੇ ਆਵੇ, ਉਹਨੂੰ ਬਕਾਇਆ ਗਾਵਾਂ ਦੀ ਵੀਡੀਓ ਭੇਜ ਦਿਆਂਗੇ ਜਨਾਬ, ਕਿਉਂਕਿ ਵੀਡੀਓ ਤਾਂ 1-2 ਦੀ ਲਾ ਸਕਦੇ ਨਾ, ਰੋਜ਼ਾਨਾ ਕਿੰਨੀਆਂ ਕੁ ਦੀ ਲਾ ਲਈਏ, ਅਤੇ ਕੱਲ੍ਹ ਅੱਲਾ ਨੇ ਚਾਹਿਆ ਤਾਂ ਇਨਸ਼ਾਅੱਲਾ ਨਵੀਆਂ ਗਾਵਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜਨਾਬ, ਕੱਲ੍ਹ ਤੱਕ ਦਿਓ ਇਜਾਜ਼ਤਾਂ, ਅੱਲਾ ਨਿਗਹਿਬਾਨ। ਲੇਕਿਨ ਗਾਵਾਂ ਦੀ ਕੀਮਤ ਦੱਸੀ ਨਹੀਂ ਗਈ ਯਾਰ, ਯਾਦ ਆ ਗਿਆ, ਗਾਵਾਂ ਦੀ ਕੀਮਤ ਇਹ ਆ, ਇਕੱਠਾ ਜੋੜਾ ਕੋਈ ਲੈਣਾ ਚਾਹੇ ਤਾਂ 6,30,000 ਰੁਪਏ ਦਾ, ਜੇ ਕੋਈ ਮੇਰਾ ਭਰਾ ਲੈਦਾ ਲੈਦਾ ਲੈਣਾ ਚਾਹੇ ਤਾਂ ਤਾਂ ਵੀ ਮੁੱਲ ਕਰ ਲਵੇ, ਅਸੀਂ ਹਾਜ਼ਰ ਬੈਠੇ, ਲੈਦਾ ਲੈਦਾ ਰੇਟ ਵੀ ਕਰ ਲਾਂਗੇ, ਫੋਨ ਕਰਕੇ ਲੈ ਸਕਦਾ। ਇਹ ਪੈਕੇਜ ਆ, ਇਹ ਸਿਰਫ ਗਰਮੀ ਦਾ ਕਰਕੇ ਆ, ਕੋਈ ਰੇਟ ਇਹ ਨਹੀਂ ਬਣਦੇ, ਸਰਦੀਆਂ ਦੇ ਵਿੱਚ 4-4 ਲੱਖ ਦੀ ਗਾਂ ਇਹਦੇ ਨਾਲ ਦੀ ਇੱਕ ਇੱਕ ਵਿਕਦੀ ਰਹੀ ਹੈ।
ਇਹ ਸਿਰਫ ਅਸੀਂ ਪੈਕੇਜ ਦਿੱਤਾ ਭਾਅ ਭਰਾਵਾਂ ਨੂੰ, ਤੂੰ ਭਰਾ ਸਾਡੇ ਕੋਲ ਲੈ ਕੇ ਜਾਵੇ, ਫਿਰ ਕਵੇ ਅਸੀਂ ਹੋਰ ਲੈਣੀਆਂ 5 ਲਵੇ 7 ਲਵੇ 10 ਲਵੇ। ਤੁਹਾਨੂੰ ਇਹ ਨਾ ਕੋਈ ਹੋਵੇ ਵੀ ਅਸੀਂ ਰੇਟੋਂ ਮਹਿੰਗੀਆਂ ਲੈ ਕੇ ਆ ਗਏ, ਅੱਲਾਹ ਦੇ ਹੁਕਮ ਨਾਲ। ਕੱਲ੍ਹ ਅਸੀਂ ਇਨਸ਼ਾਅੱਲਾ ਇੱਕ ਫਿਰ ਨਈ ਵੀਡੀਓ ਨਾਲ ਆਵਾਂਗੇ। ਕੱਲ੍ਹ ਤੱਕ ਦਿਓ ਇਜਾਜ਼ਤਾਂ, ਅੱਲਾਹ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।